ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਇਹਨਾਂ ਦਿਨਾਂ ਦੇ ਵਿੱਚ ਹਨੇਰੀ ਤੋਂ ਬਾਅਦ ਦੇ ਵਿੱਚ ਜਿਹੜੀ ਤੇਜ਼ ਹਵਾ ਚੱਲੀ ਹੈ, ਇਹਦੇ ਤੋਂ ਬਾਅਦ ਦੇ ਵਿੱਚ ਬਹੁਤੀਆਂ ਪਨੀਰੀਆਂ ਜਿਹੜੀਆਂ ਨੇ, ਜ਼ਿਆਦਾਤਰ ਉਹਨਾਂ ਦੇ ਵਿੱਚ ਆਪਾਂ ਨੂੰ ਦਿੱਕਤਾਂ ਜਿਹੜੀਆਂ ਦਿਖਣੀਆਂ ਸਟਾਰਟ ਹੋਈਆਂ ਨੇ ਪਨੀਰੀ ਦੀਆਂ। ਉੱਪਰੋਂ ਨੋਕਾਂ ਸੜ ਗਈਆਂ ਨੇ, ਮੱਚ ਗਈਆਂ ਨੇ, ਪੀਲੀ ਪੈ ਗਈ ਹੈ ਪਨੀਰੀ, ਜਾਂ ਫਿਰ ਗਰੋਥ ਜਿਹੜੀ ਹੈ, ਵਾਧਾ ਵਿਕਾਸ ਉਹਦਾ ਰੁਕ ਗਿਆ ਹੈ। ਪਹਿਲਾਂ ਦੀ ਤਰ੍ਹਾਂ ਜਿਵੇਂ ਪਨੀਰੀ ਵਧੀਆ ਸੋਹਣੀ ਤਰੀਕੇ ਦੇ ਨਾਲ ਗਰੋਥ ਕਰਦੀ ਸੀ, ਉਹ ਗਰੋਥ ਹਨੇਰੀ ਤੋਂ ਬਾਅਦ ਦੇ ਵਿੱਚ ਰੁਕ ਗਈ ਹੈ। ਤੇ ਜ਼ਿਆਦਾਤਰ ਜ਼ਿਮੀਂਦਾਰ ਜਿਹੜੇ ਨੇ, ਉਹਨਾਂ ਦੇ ਕੋਲ ਦੋ ਚੀਜ਼ਾਂ ਮੇਨ ਹੁੰਦੀਆਂ ਨੇ, ਜਾਂ ਤਾਂ ਉਹ ਜ਼ਿੰਕ ਦੀ ਸਪਰੇਅ ਕਰਦੇ ਨੇ ਚਰਲੇਟਡ ਜ਼ਿੰਕ, ਜਾਂ ਫਿਰ ਫੈਰਸ ਸਲਫੇਟ ਜਿਹਨੂੰ ਆਪਾਂ ਆਇਰਨ ਕਹਿੰਦੇ ਆ। ਇਹ ਦੋ ਤਿੰਨ ਚੀਜ਼ਾਂ ਜਿਹੜੀਆਂ, ਦੋ ਤਿੰਨ ਸਪਰੇਆਂ ਆਪਾਂ ਆਮ ਜ਼ਿਮੀਂਦਾਰਾਂ ਦੇ ਵਿੱਚ ਜ਼ਿਆਦਾ ਮਸ਼ਹੂਰ ਨੇ। ਤੇ ਹਰ ਇੱਕ ਦਿੱਕਤ ਪਨੀਰੀ ਦੇ ਵਿੱਚ ਪ੍ਰੋਬਲਮ ਭਾਵੇਂ ਕੋਈ ਵੀ ਹੋਵੇ, ਜ਼ਿਮੀਂਦਾਰ ਇਹੀ ਸਪਰੇਆਂ ਕਰਨ ਨੂੰ ਤਰਜੀਹ ਜਿਹੜੇ ਨੇ ਰੱਖਦੇ ਨੇ। ਪਰ ਜੇ ਹਨੇਰੀ ਤੋਂ ਬਾਅਦ ਦੇ ਵਿੱਚ ਤੁਹਾਡੀ ਪਨੀਰੀ ਦੇ ਵਿੱਚ ਕੋਈ ਦਿੱਕਤ ਤੁਹਾਨੂੰ ਦਿਖਣੀ ਸਟਾਰਟ ਹੋਈ ਏ, ਤੇ ਉਹਨੇ ਇਹਨਾਂ ਸਪਰੇਆਂ ਦੇ ਨਾਲ ਕਾਬੂ ਨਹੀਂ ਆਉਣਾ, ਉਹਦੇ ਲਈ ਆਪਾਂ ਨੂੰ ਕੁਝ ਵੱਖ ਤੋਂ ਤਰੀਕੇ ਜਿਹੜੇ ਆ ਅਜਮਾਉਣੇ ਪੈਣੇ ਆ, ਕੁਝ ਵੱਖ ਤੋਂ ਆਪਾਂ ਨੂੰ ਸਪਰੇਆਂ ਜਿਹੜੀਆਂ ਕਰਨੀਆਂ ਪੈਣੀਆਂ ਨੇ, ਕੁਝ ਜਗਾੜ ਲਾਉਣੇ ਪੈਣੇ ਆ ਜੇ ਆਇਰਨ ਜ਼ਿੰਕ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਹੱਲ ਹੋਣ ਵਾਲੀਆਂ ਨਹੀਂ ਹੈ। ਸਭ ਤੋਂ ਪਹਿਲਾਂ ਜਿਹੜੇ ਕੋਈ ਨਵੇਂ ਜ਼ਿਮੀਂਦਾਰ ਪਹਿਲੀ ਵਾਰੀ ਆਪਣੇ ਚੈਨਲ ਤੱਕ ਪਹੁੰਚੇ ਨੇ, ਤਾਂ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲ ਲੱਗਾ ਇੱਕ ਜਿਹੜਾ ਬੈਲ ਦਾ ਬਟਨ ਹੈ ਦਬਾ ਲਓ, ਤਾਂ ਜੋ ਹੋਰ ਅੱਗੇ ਤੋਂ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਪਨੀਰੀ ਹਨੇਰੀ ਤੋਂ ਬਾਅਦ ਦੇ ਵਿੱਚ ਜਿਹੜੀਆਂ ਪਨੀਰੀਆਂ ਖਰਾਬ ਹੋਈਆਂ ਨੇ, ਜਾਂ ਫਿਰ ਆਪਾਂ ਨੋਰਮਲੀ ਮੰਨ ਕੇ ਚੱਲਦੇ ਹਾਂ ਕਿ ਜਿੱਥੇ ਹਨੇਰੀ ਨਹੀਂ ਚੱਲੀ, ਉੱਥੇ ਵੀ ਕਈ ਪਨੀਰੀਆਂ ਦੀ ਗਰੋਥ ਜਿਹੜੀ ਹੈ ਰੁਕੀ ਹੈ, ਤੇ ਆਪਾਂ ਤਰਜੀਹ ਦਿੰਦੇ ਹਾਂ ਆਇਰਨ ਦੀ ਸਪਰੇਅ ਕਰਨ ਨੂੰ, ਜਾਂ ਫਿਰ ਚਰਲੇਟਡ ਜ਼ਿੰਕ ਜਾਂ ਜਿਬਰੈਲਿਕ ਐਸਿਡ। ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੀ ਆਪਾਂ ਵਰਤੋਂ ਘਾਟਾਂ ਦੇ ਮੁਤਾਬਕ ਕਰਦੇ ਹਾਂ। ਜੇ ਜ਼ਿੰਕ ਦੀ ਘਾਟ ਹੈ, ਆਇਰਨ ਦੀ ਘਾਟ ਹੈ, ਤਾਂ ਉੱਥੇ ਪੂਰੀ ਹੋ ਜਾਊਗੀ। ਪਰ ਹਨੇਰੀ ਤੋਂ ਬਾਅਦ ਦੇ ਵਿੱਚ ਜਿਹੜੀਆਂ ਪਨੀਰੀਆਂ ਖਰਾਬ ਹੋਈਆਂ ਨੇ, ਉੱਥੇ ਇਹਨਾਂ ਸਪਰੇਆਂ ਨੇ ਕੋਈ ਕੰਮ ਨਹੀਂ ਕਰਨਾ। ਇਹਦੇ ਲਈ ਤੁਸੀਂ ਵੱਖ ਤੋਂ ਦੋ ਤਿੰਨ ਸਪਰੇਆਂ ਜਿਹੜੀਆਂ ਮੈਂ ਤੁਹਾਨੂੰ ਦੱਸੂਂਗਾ, ਉਹ ਤੁਸੀਂ ਕਰਨੀਆਂ ਨੇ, ਤੇ ਰਿਜ਼ਲਟ ਜਿਹੜੇ ਫਿਰ ਤੁਹਾਨੂੰ ਦੇਖਣ ਨੂੰ ਮਿਲਣਗੇ ਨਾ, ਬਾਕਮਾਲ ਹੋਣਗੇ, ਕਿਉਂਕਿ ਵਰਤ ਕੇ ਤਜਰਬੇ ਕੀਤੇ ਗਏ ਨੇ, ਤੇ ਚੰਗੇ ਸੋਹਣੇ ਰਿਜ਼ਲਟ ਜਿਹੜੇ ਆ ਤੁਹਾਨੂੰ ਇਹਨਾਂ ਸਪਰੇਆਂ ਤੋਂ ਵੇਖਣ ਨੂੰ ਮਿਲਣਗੇ। ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਆਪਾਂ ਗਲੂਕੋਜ਼, ਜਿਹਨੂੰ ਕਹਿੰਦੇ ਆ ਘਰਾਂ ਦੇ ਵਿੱਚ ਆਪਾਂ ਆਮ ਪੀਣ ਦੇ ਲਈ, ਆਪਣੇ ਪੀਣ ਦੇ ਲਈ ਵਰਤਦੇ ਆ ਗਲੂਕੋਜ਼, ਉਸ ਗਲੂਕੋਜ਼ ਦੀ ਸਪਰੇਅ ਤੁਸੀਂ ਉਸ ਪਨੀਰੀ ਦੇ ਉੱਪਰ ਕਰਨੀ ਹੈ ਜਿਹੜੀ ਹਨੇਰੀ ਦੇ ਕਾਰਨ ਜ਼ਿਆਦਾ ਖਰਾਬ ਹੋ ਗਈ ਹੈ, ਉੱਪਰੋਂ ਜਿਹੜੀਆਂ ਨੋਕਾਂ ਸੜ ਗਈਆਂ ਨੇ, ਤੇ ਪਨੀਰੀ ਦੇ ਵਿੱਚ ਆਪਾਂ ਨੂੰ ਪੀਲਾਪਣ ਜਿਹੜਾ ਉਹ ਦਿਖਣਾ ਸਟਾਰਟ ਹੋਇਆ ਹੈ, ਚਾਹੇ ਗਰਮੀ ਦੇ ਕਾਰਨ ਜਾਂ ਹਨੇਰੀ ਦੇ ਕਾਰਨ। ਇਹਨਾਂ ਦੇ ਵਿੱਚੋਂ ਚਾਹੇ ਕਾਰਨ ਕੋਈ ਵੀ ਹੋਵੇ, ਤੁਸੀਂ ਗਲੂਕੋਜ਼ ਦੀ ਸਪਰੇਅ ਜਿਹੜੀ ਆਪਣਾ ਇੱਕ ਛੋਟਾ ਜਿਹੜਾ 15-16 ਲੀਟਰ ਵਾਲਾ ਪੰਪ ਹੈ, ਉਹਦੇ ਵਿੱਚ ਤੁਸੀਂ 50 ਤੋਂ 60 ਗ੍ਰਾਮ ਇਹ ਜਿਹੜਾ ਗਲੂਕੋਜ਼ ਹੈ, ਇਹਦੀ ਡੋਜ਼ ਪਾ ਕੇ ਇੱਕ ਕਨਾਲ ਜਗ੍ਹਾ ਦੇ ਵਿੱਚ ਆਪਾਂ ਸਪਰੇਅ ਕਰਨੀ ਹੈ। ਇਹਦੇ ਤੋਂ ਤੁਹਾਨੂੰ ਕਾਫੀ ਵਧੀਆ ਜਿਹੜੇ ਆ ਚੰਗੇ ਸੋਹਣੇ ਰਿਜ਼ਲਟ ਉਹ ਦੇਖਣ ਨੂੰ ਮਿਲਣਗੇ। ਇਹਦੇ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਤੁਸੀਂ ਐਮੀਨੋ ਐਸਿਡ ਦੀ ਵਰਤੋਂ ਕਰ ਸਕਦੇ ਹੋ। ਜਿਬਰੈਲਿਕ ਐਸਿਡ ਦੀ ਬਹੁਤ ਜ਼ਿਆਦਾ ਜ਼ਿਮੀਂਦਾਰ ਜਿਹੜੇ ਵਰਤੋਂ ਕਰਦੇ ਨੇ, ਪਰ ਉਹ ਤੁਹਾਡਾ ਉਲਟਾ ਕੰਮ ਹੋ ਜਾਣਾ ਹੈ। ਜਿਬਰੈਲਿਕ ਐਸਿਡ ਨੇ ਪੀਲੀ ਪਈ ਪਨੀਰੀ ਜਿਹੜੀ ਹੈ, ਤੇਜ਼ ਹਵਾ ਦੇ ਕਾਰਨ ਜਿਹੜੀ ਪਨੀਰੀ ਖਰਾਬ ਹੋਈ ਹੈ, ਉਹਨੂੰ ਸਗੋਂ ਜ਼ਿਆਦਾ ਖਰਾਬ ਕਰ ਦੇਣਾ ਜੇ ਤੁਸੀਂ ਜਿਬਰੈਲਿਕ ਐਸਿਡ ਦੀ ਵਰਤੋਂ ਕਰਦੇ ਹੋ। ਇਹਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਕਿ ਤੁਸੀਂ ਐਮੀਨੋ ਐਸਿਡ ਦੀ ਜੇ ਸਪਰੇਅ ਪਨੀਰੀ ਦੇ ਉੱਪਰ ਕਰਦੇ ਹੋ, ਤਾਂ ਤੁਹਾਨੂੰ ਸ਼ਾਨਦਾਰ, ਬਹੁਤ ਛੇਤੀ, ਬਹੁਤ ਵਧੀਆ ਜਿਹੜੇ ਰਿਜ਼ਲਟ ਹੈ ਇਹਦੇ ਤੋਂ ਦੇਖਣ ਨੂੰ ਮਿਲਣਗੇ। ਜੇ ਦਿੱਕਤ ਘੱਟ ਹੈ, ਨੋਰਮਲ ਹੈ, ਕੋਈ ਇੰਨੀ ਜ਼ਿਆਦਾ ਨਹੀਂ ਹੈ, ਤਾਂ ਫਿਰ ਜਿਹੜਾ ਆਪਣਾ ਪੁਰਾਣਾ ਤਰੀਕਾ, ਜਿਹੜਾ ਠੰਡੇ ਪਾਣੀ ਦੀ ਸਪਰੇਅ ਆਪਾਂ ਸ਼ਾਮਾਂ ਨੂੰ ਕਰਦੇ ਹਾਂ, ਉਹ ਤਰੀਕਾ ਤੁਸੀਂ ਵਰਤ ਸਕਦੇ ਹੋ। ਅਸੀਂ ਲਗਭਗ ਹਰ ਵਾਰ ਪਨੀਰੀ ਨੂੰ ਸ਼ਾਮ ਦੇ ਸਮੇਂ ਜਿਹੜਾ ਹੈ ਬਰਫ਼ ਪਾ ਕੇ, ਇੱਕ ਟੈਂਕੀ ਜਿਹੜੀ ਹੈ ਛੋਟੀ 15 ਲੀਟਰ ਵਾਲਾ ਜਿਹੜਾ ਪੰਪ ਹੈ, ਉਹਦੇ ਵਿੱਚ ਇੱਕ ਡੂੰਘਾ ਬਰਫ਼ ਦਾ ਜਿਹੜਾ ਆਪਾਂ ਉਹਨੂੰ ਤੋੜ ਕੇ ਚੰਗੀ ਤਰ੍ਹਾਂ ਪਾ ਕੇ ਪਾਣੀ ਠੰਡਾ ਕਰਕੇ, ਜਦੋਂ ਸੂਰਜ ਛਿਪ ਜਾਵੇ ਤਾਂ ਉਹਦੀ ਆਪਾਂ ਸਪਰੇਅ ਜਿਹੜੀ ਆ ਪਨੀਰੀ ਦੇ ਉੱਪਰ ਕਰ ਸਕਦੇ ਹਾਂ, ਤੁਹਾਨੂੰ ਸੋਹਣੇ ਵਧੀਆ ਰਿਜ਼ਲਟ ਜਿਹੜੇ ਆ ਇਹਦੇ ਤੋਂ ਵੀ ਦੇਖਣ ਨੂੰ ਮਿਲ ਜਾਣਗੇ। ਜੇ ਜ਼ਿਆਦਾ ਹੀ ਪਨੀਰੀ ਖਰਾਬ ਹੈ, ਨੋਕਾਂ ਸੜੀਆਂ ਨੇ ਹਨੇਰੀ ਦੇ ਕਾਰਨ, ਗਰਮੀ ਦੇ ਕਾਰਨ, ਤਾਂ ਤੁਸੀਂ ਗਲੂਕੋਜ਼ ਦੀ ਸਪਰੇਅ ਕਰ ਸਕਦੇ ਹੋ, ਤੁਹਾਨੂੰ ਵਧੀਆ ਚੰਗੇ ਰਿਜ਼ਲਟ ਜਿਹੜੇ ਉਹਦੇ ਤੋਂ ਦੇਖਣ ਨੂੰ ਮਿਲ ਜਾਣਗੇ। ਜੇ ਤੁਹਾਡਾ ਪਾਣੀ ਦੇ ਨਾਲ, ਇਕੱਲੇ ਪਾਣੀ ਦੀ ਸਪਰੇਅ ਦੇ ਨਾਲ ਕੰਮ ਸੂਤਰ ਆਉਂਦਾ ਹੈ, ਤਾਂ ਫਿਰ ਤੁਹਾਨੂੰ ਉਹ ਜਿਹੜੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਹਦੇ ਨਾਲ ਵੀ ਜਿਹੜਾ ਆਪਣਾ ਕੰਮ ਹੈ ਉਹ ਸਾਰ ਸਕਦੇ ਹੋ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।